ਹਾਂਜੀ ਬੇਟਾ ਆਧੁਨਿਕ ਕਾਵ ਠੀਕ ਹੈ ਕਵਿਤਾ ਪਾਗਦਾ ਫਸਟ ਚੈਪਟਰ ਆਪਨੇ ਭਾਈ ਵੀਰ ਸਿੰਘ ਇਹ ਆਪਾਂ ਨੇ ਕਵਿਤਾ ਬਾਰੇ ਪੜ੍ਹ ਲਿਆ ਠੀਕ ਹੈ ਹੁਣ ਆਪਾਂ ਇਸ ਦੇ ਛੋਟੇ ਪ੍ਰਸ਼ਨ ਉੱਤਰ ਤੇ ਧਨੀ ਰਾਮ ਚਾਤਰੀਕ ਦੇ ਅਗੇ ਛੋਟੇ ਪ੍ਰਸ਼ਨ ਉੱਤਰ ਕੇਂਦਰੀ ਪਾਉ ਤੇ ਵਸਤੂਨਿਸ਼ਟ ਪ੍ਰਸ਼ਨ ਆਪਾਂ ਰਿਵੀਜ਼ਨ ਕਰਾਂਗੇ ਇਹਨਾਂ ਦੀ ਠੀਕ ਹੈ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਦੇ ਚੈਪਟਰ ਦੀ ਇਹ ਆਪਾਂ ਨੇ ਸਾਰਾ ਐਕਸਪਲੇਨ ਕਰਤਾ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਠੀਕ ਹੈ ਹੁਣ ਇਹਦੇ ਪਹਿਲਾਂ ਵਸਤੂ ਨਿਸ਼ਟ ਪ੍ਰਸ਼ਨ ਦੀ ਰਿਵੀਜ਼ਨ ਕਰ ਲੈਣਾ ਹੈ ਇੱਕ ਇੱਕ ਨੰਬਰ ਦੇ ਜੋ ਤੁਹਾਨੂੰ ਇਹ ਪ੍ਰਸ਼ਨ ਆਣੇ ਨੇ ਠੀਕ ਹੈ ਭਾਈ ਵੀਰ ਸਿੰਘ ਜੀ ਦਾ ਜਨਮ ਕਦੋਂ ਹੋਇਆ 5 ਦਸੰਬਰ 1872ਵੀ ਨੂੰ ਹੋਇਆ ਭਾਈ ਵੀਰ ਸਿੰਘ ਜੀ ਨੂੰ ਕਿਹੜੀ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ ਆਧੁਨਿਕ ਕਵਿਤਾ ਦਾ ਵੈਰੀ ਇੰਪੋਰਟੈਂਟ ਕੁਐਸਚਨ ਹੈ ਬੇਟਾ ਇਹ ਤੁਸੀਂ ਨਹੀਂ ਬਿਲਕੁਲ ਨਹੀਂ ਛੱਡਣੀ ਸਾਰੇ ਕੰਪਲੀਟ ਲਰਨ ਕਰਨੇ ਨੇ ਇਹ ਭਾਈ ਵੀਰ ਸਿੰਘ ਜੀ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ ਬਿਨਫਸ਼ਾ ਦਾ ਫੁੱਲ ਠੀਕ ਹੈ ਭਾਈ ਵੀਰ ਸਿੰਘ ਜੀ ਅਨੁਸਾਰ ਕਿਸ ਨੂੰ ਫੜਫੜ ਕੇ ਖਿੱਚਣ ਦੇ ਬਾਵਜੂਦ ਉਹ ਆਪਣੇ ਆਹ ਆਪਣਾ ਪੱਲਾ ਛੁੜਾ ਲੈਂਦਾ ਹੈ ਸਮਾਂ ਇਹ ਆਪਣੀ ਕਵਿਤਾਵਾਂ ਦੇ ਵਿੱਚ ਪੜਿਆ ਹੈ ਬਟਾ ਸਮਾਂ ਕਵਿਤਾ ਬਾਰੇ ਵਿੰਸ਼ਾ ਤੇ ਫੁੱਲ ਬਾਰੇ ਤੇ ਸਮਾਂ ਬਾਰੇ ਭਾਈ ਵੀਰ ਸਿੰਘ ਜੀ ਕਿਸ ਨੂੰ ਸਮੇਂ ਦੀ ਸੰਭਾਲ ਕਰਨ ਲਈ ਕਹਿੰਦੇ ਹਨ ਮਨੁੱਖ ਨੂੰ ਸਮੇਂ ਦੀ ਸੰਭਾਲ ਕਰਨ ਲਈ ਕਹਿੰਦੇ ਹਨ ਨੈਕਸਟ ਪ੍ਰਸ਼ਨ ਹੈ ਕਿਸੇ ਦੀ ਛੁਪੇ ਰ ਹੈ ਕਿਸੇ ਕਿਸ ਦੀ ਛੁਪੇ ਰਹਿਣ ਦੀ ਅਤੇ ਛੁਪ ਕੇ ਤੁਰ ਜਾਣ ਦੀ ਇੱਛਾ ਹੈ ਨਫਸ਼ੇ ਦੀ ਫੁੱਲ ਦੀ ਕਿਉਂਕਿ ਉਹ ਕਸ਼ਮੀਰ ਦੀਆਂ ਪਹਾੜੀਆਂ ਦੇ ਵਿੱਚ ਰਹਿੰਦਾ ਹੈ ਠੀਕ ਹੈ ਉਹ ਕਹਿੰਦਾ ਵੀ ਮੈਂ ਲੋਕਾਂ ਤੋਂ ਲੁਕ ਚਿਪਕੇ ਰਹਾ ਪਰ ਉਹਦੀ ਜਿਹੜੀ ਖੁਸ਼ਬੂ ਹੈ ਉਹ ਬਾਕੀ ਦੇ ਲੋਕਾਂ ਨੂੰ ਉਥਾਂ ਖਿੱਚ ਲਿਆਉਂਦੀ ਹੈ ਕਸ਼ਮੀਰ ਦੀਆਂ ਪਹਾੜੀਆਂ ਦੇ ਵਿੱਚ ਕਸ਼ਮੀਰ ਦਾ ਫੁੱਲ ਦਿਨ ਵੇਲੇ ਕਿਸ ਨੂੰ ਮਿਲਣ ਤੋਂ ਵੀ ਸੰਗਦਾ ਹੈ ਪੌਰੇ ਨੂੰ ਅਸ਼ਾ ਦੇ ਵਿੱਚ ਕਿਹੜੀ ਦੇਵੀ ਖੇੜੀ ਪਈ ਸੀ ਕਵਿਤਾ ਟੁਕੜੀ ਜਗਤੋਂ ਨਿਆਰੀ ਆਧਾਰ ਤੇ ਉੱਤਰ ਦਿਓ ਕੁਦਰਤ ਦੀ ਦੇਵੀ ਠੀਕ ਹੈ ਕਸ਼ਮੀਰ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈ ਸਵਰਗ ਦੀ ਧਰਤੀ ਕਿਹਾ ਗਿਆ ਕਸ਼ਮੀਰ ਨੂੰ ਠੀਕ ਹੈ ਤਾਂ ਕੁਦਰਤੀ ਦੀ ਦੇਵੀ ਹੈ ਜਿਹੜੀ ਉਹ ਟੁਕੜੀ ਜਗਤੋਂ ਨਿਆਰੀ ਜਿਹੜੀ ਕਵਿਤਾ ਹੈ ਇਸ ਦੇ ਵਿੱਚ ਕਸ਼ਮੀਰ ਦੀ ਸੁੰਦਰਤਾ ਦੀ ਗੱਲ ਕੀਤੀ ਗਈ ਹੈ ਠੀਕ ਹੈ ਕੁਦਰਤ ਦੇਵੀ ਕਿੱਥੇ ਖੇੜੀ ਹੋਈ ਖੁਸ਼ੀਆਂ ਦੀ ਛੇਵਰ ਲਾ ਰਹੀ ਸੀ ਹੁਸਨ ਮੰਡਲ ਵਿੱਚ ਕੁਦਰਤ ਦੇਵੀ ਨੇ ਆਪਣੀ ਮੁਠੀ ਵਿੱਚ ਕੀ ਕੀ ਭਰ ਕੇ ਲਿਆ ਚਸ਼ਮੇ ਨਦੀਆਂ برفਾਂ ਮੀਂਹ ਧੁੱਪ ਪਰਬਤ ਟਿੱਬੇ ਕਰਵੇ ਅਤੇ ਮੈਦਾਨ ਇਹ ਸਭ ਕੁਝ ਕੁਦਰਤ ਦੀ ਦੇਣ ਹੈ ਠੀਕ ਹੈ ਕਵੀ ਅਨੁਸਾਰ ਜਿੱਥੇ ਮਨੁੱਖ ਜਿੱਥੇ ਕੁਦਰਤ ਦੀ ਦੇਵੀ ਨੇ ਆਪਣੀ ਮੁਠੀ ਸੁਟੀ ਉਸ ਥਾਂ ਤੇ ਕੀ ਬਣਿਆ ਸੀ ਕਸ਼ਮੀਰ ਬਣਿਆ ਸੀਗਾ ਕਿਉਂਕਿ ਕਸ਼ਮੀਰ ਨੂੰ ਧਰਤੀ ਦਾ ਸਵਰਗ ਮੰਨਿਆ ਗਿਆ ਕਵੀ ਦੇ ਅਨੁਸਾਰ ਬਿਰਛ ਦੇ ਨਾਲ ਕੌਣ ਲੜਦੇ ਹਨ ਤੰਗ ਦਿਲ ਦੇ ਲੋਕ ਜਿਹੜੇ ਦਰਖਤਾਂ ਨੂੰ ਕੱਟਦੇ ਨੇ ਰੁੱਖਾਂ ਨੂੰ ਕੱਟਦੇ ਨੇ ਬ੍ਰਿਛ ਦੇ ਘੇਰੇ ਤੇ ਫਲਾਅ ਕਿਸ ਵੱਲੇ ਕਿਸ ਪਾਸੇ ਵੱਲ ਆਉਂਦੇ ਹਨ ਅਸਮਾਨ ਵੱਲ ਆਉਂਦੇ ਹਨ ਕਿਉਂਕਿ ਬ੍ਰਿਛ ਕਹਿੰਦੇ ਨੇ ਦਰਖਤ ਕਹਿੰਦੇ ਨੇ ਵੀ ਅਸੀਂ ਤੁਹਾਡਾ ਕੋਈ ਥਾਂ ਨਹੀਂ ਘੇਰਦੇ ਹੈਗੇ ਜਿਹੜਾ ਸਾਡੇ ਘੇਰਾ ਸਾਡਾ ਫਲਾਅ ਹੈ ਦਰਖਤਾਂ ਦਾ ਉਹ ਅਸਮਾਨ ਵੱਲ ਨੂੰ ਜਾਂਦਾ ਹੈ ਠੀਕ ਹੈ ਪਰ ਫਿਰ ਵੀ ਤੁਸੀਂ ਜਿਹੜੇ ਲੋਕ ਨੇ ਇੱਥੋਂ ਦੇ ਠੀਕ ਹੈ ਉਹ ਕੀ ਨੇ ਦਰਖਤਾਂ ਨੂੰ ਕੱਟੇ ਜਾ ਰਹੇ ਨੇ ਆਪਣੇ ਫਾਇਦੇ ਦੇ ਲਈ ਕਵੀ ਅਨੁਸਾਰ ਬ੍ਰਿਖ ਧਰਤੀ ਉੱਪਰ ਕਿੰਨੂ ਕੁ ਥਾਂ ਘਿਰਦੇ ਹਨ ਗਿੱਟਕੂ ਥਾਂ ਘਿਰਦੇ ਹਨ ਨੈਕਸਟ ਬੇਟਾ ਤਨੀਰਾਮ ਚਾਤ੍ਰਿਕ 1876 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 1954 ਈਸਵੀ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਸੀ ਠੀਕ ਹੈ ਸੈਕੰਡ ਚੈਪਟਰ ਹੈ ਹੁਣ ਆਪਾਂ ਇਸ ਚੈਪਟਰ ਦੇ ਕੇਂਦਰੀ ਭਾਵ ਪ੍ਰਸ਼ਨ ਉੱਤਰ ਤੇ ਆਪਾਂ ਵਸਤੂ ਨਿਸ਼ਟ ਪ੍ਰਸ਼ਨਾਂ ਕਰਾਂਗੇ ਰਿਵੀਜ਼ਨ ਕਰਾਂਗੇ ਇਹਨਾਂ ਦੇ ਆਪਾਂ ਬਹੰਦਾ ਜਾਏ ਕਵਿਤਾ ਦਾ ਕੇਂਦਰੀ ਭਾਵ ਨਦੀ ਦੇ ਪਾਣੀ ਵਾਂਗ ਜ਼ਿੰਦਗੀ ਵੀ ਲਗਾਤਾਰ ਚਲਦੀ ਰਹਿਣੀ ਚਾਹੀਦੀ ਹੈ ਦੁੱਖ ਤਕਲੀਫਾਂ ਸਹਿ ਕੇ ਹੀ ਮੰਜ਼ਿਲ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਜ਼ਿੰਦਗੀ ਦੇ ਰਸਤੇ ਵਿੱਚ ਆਉਣ ਵਾਲੀ ਹਰ ਮੁਸ਼ਕਲ ਨੂੰ ਖੁਸ਼ੀ-ਖੁਸ਼ੀ ਪਰਵਾਣ ਕਰਕੇ ਆਪਣੇ ਮੰਜ਼ਿਲ ਵੱਲ ਵੱਧੇ ਜਾਣਾ ਚਾਹੀਦਾ ਹੈ ਬਹਿੰਦਾ ਜਾਏ ਸਾਨੂੰ ਹਮੇਸ਼ਾ ਪਾਣੀ ਦੇ ਪਾਣੀ ਦੇ ਬਹਿੰਦੇ ਤਰ੍ਹਾਂ ਦੀ ਤਾਂ ਵਗਣਾ ਚਾਹੀਦੇ ਸਾਨੂੰ ਰੁਕਣਾ ਚਾਹੀਦਾ ਜੇਕਰ ਅਸੀਂ ਰੁਕ ਗਏ ਤਾਂ ਸਾਡੇ ਵਿੱਚੋਂ ਬੋਹ ਆਉਣ ਲੱਗ ਜਾਂਦੇ ਜਿਸ ਤਰ੍ਹਾਂ ਪਾਣੀ ਖੜ ਜਾਂਦਾ ਹੈ ਪਾਣੀ ਦੇ ਵਿੱਚੋਂ ਖੜੇ ਪਾਣ ਦੇ ਵਿੱਚੋਂ ਬਦਬੂ ਆਉਂਦੀ ਹੈ ਸਮੈਲ ਆਉਂਦੀ ਹੈ ਠੀਕ ਹੈ ਉਹਦੇ ਵਿੱਚ ਕੀੜੇ ਪੈਦਾ ਹੋਣ ਲੱਗ ਜਾਂਦੇ ਨੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਇੱਕ ਤੁੜਦੇ ਰਹਿਣ ਦਾ ਨਾਮ ਹੈ ਸਾਨੂੰ ਆਪਣੀ ਜ਼ਿੰਦਗੀ ਨਹੀਂ ਘੜਾਉਣੀ ਚਾਹੀਦੀ ਸਾਨੂੰ ਲਗਾਤਾਰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮੰਜ਼ਲ ਦੇ ਵੱਲ ਵਧਦੇ ਜਾਣਾ ਚਾਹੀਦਾ ਹੈ ਤੇ ਮਿਹਨਤ ਕਰਦੇ ਚਲੇ ਜਾਣਾ ਚਾਹੀਦਾ ਹੈ ਕਵੀ ਨੇ 스ਕਵਿਤਾ ਵਿੱਚ ਨਦੀ ਦੇ ਪਾਣੀ ਨੂੰ ਆਪਣੀ ਮੰਜ਼ਿਲ ਪ੍ਰਾਪਤ ਕਰਨ ਵਿੱਚ ਆਉਂਦੀਆਂ ਤਕਲੀਫਾਂ ਦਾ ਜ਼ਿਕਰ ਕੀਤਾ ਹੈ ਪਹਾੜਾਂ ਦੇ ਉਤੋਂ ਮੀਂਹ ਦੇ ਰੂਪ ਵਿੱਚ ਵਹਿੰਦਾ ਹੋਇਆ ਪਾਣੀ ਪਹਾੜਾਂ ਵਿੱਚ ਡਿੱਗਦਾ ਟੈਂ ਦਾ ਘੁੰਮਣ ਘੇਰੀਆਂ ਖਾ ਕੇ ਚਟਾਨਾਂ ਨਾਲ ਟਕਰਾ ਕੇ ਨਦੀ ਦੇ ਵਿੱਚ ਵਹਿੰਦਾ ਜਾਂਦਾ ਹੈ ਅੰਤ ਨੂੰ ਇਹ ਨਦੀ ਦਾ ਪਾਣੀ ਸਮੁੰਦਰ ਦੇ ਪਾਣੀ ਵਿੱਚ ਜਾ ਮਿਲਦਾ ਹੈ ਦੇਖੋ ਜਿਹੜਾ ਨਦੀ ਦਾ ਪਾਣੀ ਉਹ ਵੀ ਸਿੱਧਾ ਨਹੀਂ ਆਉਂਦਾ ਹੈਗਾ ਉਹ ਵੀ ਕਿਤੇ ਤੋਂ ਪਹਾੜਾਂ ਤੋਂ ਡਿੱਗਦਾ ਟੈਂ ਦਾ ਘੁੰਮਣ ਘੇਰੀਆਂ ਖਾਂਦਾ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀਆਂ ਨੇ ਠੀਕ ਹੈ ਤਾਂ ਫਿਰ ਅਸੀਂ ਕਿਤੇ ਜਾ ਕੇ ਮੰਜ਼ਿਲ ਦੀ ਪ੍ਰਾਪਤੀ ਕਰਦੇ ਹਾਂ ਤਾਂ ਸਾਨੂੰ ਸਦਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਇਹ ਪਾਣੀ ਫਿਰ ਸੂਰਜ ਦੀ ਗਰਮੀ ਨਾਲ ਭਾਫ਼ ਬਣ ਕੇ ਬੱਦਲਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਹਵਾ ਦੇ ਤੇਜ਼ ਵੇਗ ਦੇ ਨਾਲ ਉੱਡਦੇ ਹੋਏ ਬੱਦਲ ਮੋੜ ਪਹਾੜਾਂ ਨਾਲ ਟਕਰਾ ਕੇ ਵਰਖਾ ਕਰਦੇ ਹਨ ਅਤੇ ਮੋੜ ਫਿਰ ਉਹੀ ਕਰਮ ਸ਼ੁਰੂ ਹੋ ਜਾਂਦਾ ਹੈ। ਵਿਸਾਖੀ ਦਾ ਮੇਲਾ ਕਵਿਤਾ ਵਿੱਚ ਕਵੀ ਨੇ ਮੇਲੇ ਦਾ ਜੋ ਚਿੱਤਰ ਪੇਸ਼ ਕੀਤਾ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਇਸ ਕਵਿਤਾ ਵਿੱਚ ਕਵੀ ਨੇ ਵਿਸਾਖੀ ਦੇ ਮੇਲੇ ਦਾ ਚਿੱਤਰ ਪੇਸ਼ ਕੀਤਾ ਹੈ। ਇਸ ਮੇਲੇ ਵਿੱਚ ਬੜੀਆਂ ਰੌਣਕਾਂ ਲੱਗਦੀਆਂ ਹਨ। ਦੂਰ ਦੂਰ ਤੱਕ ਬਾਜ਼ਾਰ ਸਜਾਏ ਹੁੰਦੇ ਹਨ ਬੰਜਾਰੀ ਸੋਹਣੀਆਂ ਸੋਹਣੀਆਂ ਕੁੰਜਾਂ ਫਿੱਤੇ ਗਜਰੇ ਬੰਗਾ ਅਤੇ ਬਨੌਟੀ ਗਹਿਣੇ ਵੇਚਣ ਆਉਂਦੇ ਹਨ ਠੀਕ ਹੈ ਹਰਵਾਈ ਵੀ ਮਠਾਈਆਂ ਵੇਚਦੇ ਹਨ ਕੋਲ ਵੀ ਹੁੰਦੇ ਹਨ ਤੇ ਹਰ ਹੋਰ ਕੋਈ ਤਰ੍ਹਾਂ ਦੇ ਹੋਰ ਕਈ ਤਰ੍ਹਾਂ ਦੇ ਕਰਤੱਬ ਵੀ ਵਿਖਾਏ ਜਾਂਦੇ ਹਨ ਬੈਸਾਖੀ ਦੇ ਮੇਲੇ ਦੇ ਵਿੱਚ ਬੈਸਾਖੀ ਦਾ ਮੇਲਾ ਕਵਿਤਾ ਵਿੱਚ ਕਿਹੜੇ ਕਿਹੜੇ ਸਜਾਂ ਦਾ ਜ਼ਿਕਰ ਕੀਤਾ ਗਿਆ ਬੈਸਾਖੀ ਦਾ ਮੇਲਾ ਕਵਿਤਾ ਵਿੱਚ ਧਨੀ ਰਾਮ ਚਾਤਰੀਕ ਦੁਆਰਾ ਮੇਲੇ ਵਿੱਚ ਬੰਝਲੀ ਅਲਗੋਜ਼ਾ ਕਾਟੋ ਤੁੰਬਾ ਆਦਿ ਸਜਾਂ ਦਾ ਜ਼ਿਕਰ ਕੀਤਾ ਗਿਆ ਜੀਵਨ ਜੋਤ ਕਵਿਤਾ ਦਾ ਕੇਂਦਰੀ ਭਾਵ ਜਸਾਰ ਇਹਦਾ ਆਪਾਂ ਕੇਂਦਰੀ ਭਾਵ ਲਿਖਾਂਗੇ ਇਸ ਦੁਨੀਆ ਦੇ ਅੰਦਰ ਹਰ ਕੋਈ ਆਪਣੇ ਲਈ ਜਿਉਣਾ ਚਾਹੁੰਦਾ ਹੈ ਪਰ ਦੂਸਰਿਆਂ ਦੇ ਖਾਤਰ ਕੁਰਬਾਨੀ ਦੇਣੀ ਕਮ ਆਉਣਾ ਬਧੇਰੇ ਮਹੱਤਤਾ ਰੱਖਦਾ ਹੈ ਇਸ ਕਵਿਤਾ ਵਿੱਚ ਮਨੁੱਖ ਨੂੰ ਕ੍ਰਾਂਤੀਕਾਰੀ ਜੀਵਨ ਜਿਉਣ ਦੀ ਨਸੀਹਤ ਦਿੱਤੀ ਗਈ ਹੈ ਠੀਕ ਹੈ ਅਤੇ ਮਨੁੱਖ ਵਿੱਚ ਦੇਸ਼ ਲਈ ਕੁਝ ਵੀ ਕਰ ਗੁਜਰਨ ਦੀ ਹਿੰਮਤ ਹੋਣੀ ਚਾਹੀਦੀ ਹੈ ਸਾਨੂੰ ਹਰੇਕ ਕੰਮ ਨੇ ਜਿਹੜੇ ਆਪਣੇ ਸਵਾਰਥ ਦੇ ਲਈ ਨਹੀਂ ਕਰ ਰਹੇ ਜਿਹਦੇ ਕੁਝ ਕੰਮ ਕੁਝ ਕੰਮ ਸਾਨੂੰ ਆਪਣੇ ਦੇਸ਼ ਦੇ ਲਈ ਸਮਾਜ ਦੇ ਲਈ ਨਿਰਸਵਾਰਥ ਹੋ ਕੇ ਕਰਨੇ ਚਾਹੀਦੇ ਹਨ ਜੀਵਨ ਜੋਤ ਕਵਿਤਾ ਵਿੱਚ ਕਵੀ ਮਨੁੱਖ ਨੂੰ ਕਿਹੋ ਜਿਹੀ ਵਰਨ ਦੀ ਪ੍ਰੇਰਣਾ ਦਿੰਦਾ ਹੈ ਜੀਵਨ ਜੋਤ ਕਵਿਤਾ ਵਿੱਚ ਕਵੀ ਮਨੁੱਖ ਨੂੰ ਇੱਕ ਅਜੀਹਾ ਮਨੁੱਖ ਬਨਣ ਦੀ ਪ੍ਰੇਰਣਾ ਦਿੰਦਾ ਹੈ ਜੋ ਦੂਸਰਿਆਂ ਦੀ ਮਦਦ ਲਈ ਹਰਦਮ ਤਿਆਰ ਰਹਿ ਸਕੇ ਦੇਸ਼ ਕੌਮ ਦੇ ਖਾਤਰ ਕੁਰਬਾਨੀ ਦੇਣ ਲਈ ਹਰਦਮ ਤਿਆਰ ਰਹੇ ਕਵੀ ਨੌਜਵਾਨਾਂ ਨੂੰ ਕਹਿੰਦਾ ਹੈ ਕਿ ਉਹ ਆਪਣੇ ਅੰਦਰ ਇੱਕ ਅਜੀਹੀ ਚਿੰਗਾਰੀ ਪੈਦਾ ਕਰਨ ਜਿਸ ਉਤੇ ਹਰ ਕੋਈ ਮਾਣ ਕਰ ਸਕੇ ਵਸਤੁਨਿਸ਼ਟ ਪ੍ਰਸ਼ਨ ਕਵਿਤਾ ਨੀਰਮ ਚਾਤਰੀਕ ਦਾ ਚਰਮ ਕਦੋਂ ਹੋਇਆ 4 ਅਕਤੂਬਰ 1876 ਈਸਵੀ ਨੂੰ ਕਵਿਤਾ ਬਹਿਂਦਾ ਜਾਏ ਕਿਸ ਕਵੀ ਦੁਆਰਾ ਲਿਖੀ ਹੋਈ ਹੈ ਤਨੀਰਮ ਚਾਤਰੀਕ ਦੁਆਰਾ ਨਦੀ ਦੇ ਪਾਣੀ ਦੀਆਂ ਲਹਿਰਾਂ ਵਿੱਚ ਆਪਣੇ ਚਲਕਾਰੇ ਕੌਣ ਮਾਰਦਾ ਹੈ ਅਸਮਾਨੀ ਤਾਰਾ ਸਮੁੰਦਰ ਦੇ ਨਾਲ ਕਿਸ ਦੀ ਸਾਂਝੇਦਾਰੀ ਹੈ ਨਦੀ ਦੇ ਪਾਣੀ ਦੀ ਕਿਉਂਕਿ ਨਦੀਆਂ ਦਾ ਪਾਣੀ ਹੈ ਜਿਹੜਾ ਜਾ ਕੇ ਉਹ ਸਮੁੰਦਰ ਦੇ ਵਿੱਚ ਮਿਲ ਜਾਂਦਾ ਹੈ ਗਰਮੀ ਖਾ ਕੇ ਅਸਮਾਨੀ ਕੌਣ ਚੜ ਗਿਆ ਹੈ ਸਮੁੰਦਰ ਦਾ ਪਾਣੀ ਠੀਕ ਹੈ ਹੁਕਮ ਦੇ ਅੰਦਰ ਵੱਜਾ ਹੋਇਆ ਫੁਾਰੇ ਦਾ ਪਾਣੀ ਕੀ ਕਰਦਾ ਹੈ ਮੁੜ ਮੁੜ ਚੜਦਾ ਅਤੇ ਲੈਂਦਾ ਹੈ ਵਿਸਾਖੀ ਦਾ ਮੇਲਾ ਕਿਸ ਕਵੀ ਦੀ ਰਚਨਾ ਹੈ ਧਨੀ ਰਾਮ ਚਾਤਰੀਕ ਦੀ ਟਾਣੀਆਂ ਦੇ ਭਾਰ ਨੇ ਕਿਹੜੇ ਰੁੱਖ ਨੂੰ ਲਪਾਇਆ ਹੋਇਆ ਹੈ 베ਰੀ ਦੇ ਕਿਸ ਦਿਨ ਨਿਗਾ ਜਾਗੋ ਤੇ ਸਵੱਲੀ ਹੈ ਸਾਈਂ ਦੀ ਪ੍ਰਭੂ ਪ੍ਰਭੂ ਦੀ ਪਰਮਾਤਮਾ ਦੂਰੋਂ ਦੂਰੋਂ ਬੰਜਾਰੇ ਮੇਲੇ ਵਿੱਚ ਕੀ ਲੈ ਕੇ ਆਏ ਹਨ ਪੂੰਜਾ ਫਿੱਤੇ ਗਜਰੇ ਝੂਠੇ ਗਹਿਣੇ ਮਤਲਬ ਕਿ ਆਲਟੀਫੀਸ਼ਲ ਗਹਿਣੇ ਨੇ ਜਿਹੜੇ ਇਹ ਬੰਜਾਰੇ ਔਰਤਾਂ ਦੇ ਲਈ ਸਾਰਾ ਕੁਝ ਲੈ ਕੇ ਆਏ ਨੇ ਵਿਸਾਖੀ ਦੇ ਮੇਲੇ ਵਿੱਚ ਕਿਸਾਨਾਂ ਨੇ ਤਮਾਸ਼ੇ ਲਗਾਏ ਹੋਏ ਹਨ ਜੋਗੀਆਂ ਤੇ ਮਦਾਰੀਆਂ ਨੇ ਕਿੰਨਾ ਨੇ ਤਮਾਸ਼ੇ ਲਗਾਏ ਨੇ ਜੋਗੀਆਂ ਤੇ ਮਦਾਰੀਆਂ ਨੇ ਮੇਲੇ ਵਿੱਚ ਕਿਹੜੇ ਕਿਹੜੇ ਸਾਜ਼ বাজਦੇ ਨੇ ਵੰਜਲੀ ਕਾਟੋ ਅਲਗੋਜ਼ਾ ਤੇ ਤੁੰਬਾ ਸੂਰੇ ਪਹਿਰਵਾਨ ਕਿੱਥੇ ਗੱਜਦੇ ਹਨ ਛਿੰਝ ਦੇ ਵਿੱਚ ਅਖਾੜਿਆਂ ਦੇ ਵਿੱਚ ਤਨਿਰਾਮ ਚਾਤਰੀ ਦੇ ਦੁਆਰਾ ਲਿਖੀ ਹੋਈ ਕਿਸੇ ਇੱਕ ਕਵਿਤਾ ਦਾ ਨਾਮ ਜੀਵਨ ਜੋਤ ਕਵੀ ਨੌਜਵਾਨ ਨੂੰ ਕਿਹੋ ਜਿਹੀ ਜਾਨ ਪੈਦਾ ਕਰਨੇ ਕਹਿੰਦਾ ਹੈ ਮਰ ਕੇ ਅਮਰ ਹੋਣ ਦੇ ਲਈ ਕਵੀ ਕਿਸ ਨੂੰ ਦੁਨੀਆ ਦਾ ਨਕਸ਼ਾ ਪਲਟ ਦੇਣ ਲਈ ਕਹਿੰਦਾ ਹੈ ਨੌਜਵਾਨ ਨੂੰ ਕਵੀ ਨੌਜਵਾਨ ਨੂੰ ਅਸਮਾਨ ਪੈਦਾ ਕਰਨ ਬਾਰੇ ਕਿਉਂ ਕਹਿੰਦਾ ਹੈ ਸਿਤਾਰਾ ਬਣ ਕੇ ਚਮਕਣ ਲਈ ਕਵੀ ਨੌਜਵਾਨ ਨੂੰ ਮਹਿਫਲ ਪਖਾਉਣ ਲਈ ਕੀ ਬਣਨ ਵਾਸਤੇ ਕਹਿੰਦਾ ਹੈ ਸ਼ਮਾ ਬਣ ਕੇ ਰੋਸ਼ਨੀ ਬਣ ਕੇ ਕਵੀ ਨੌਜਵਾਨ ਨੂੰ ਕਿਹੜੀ ਜੂਨ ਛੱਡਣ ਲਈ ਕਹਿੰਦਾ ਹੈ ਕੱਲੀ ਦੀ ਜੂਨ ਛੱਡਣ ਦੇ ਲਈ ਕਵੀ ਨੌਜਵਾਨ ਨੂੰ ਮੋਤੀਆਂ ਦੀ ਖਾਨ ਕਿੱਥੇ ਪੈਦਾ ਕਰਨ ਲਈ ਕਹਿੰਦਾ ਹੈ ਦਿਲ ਦੇ دریا ਦੇ ਅੰਦਰ ਇਹ ਬੇਟਾ ਤੁਹਾਡੇ ਭਾਈ ਵੀਰ ਸਿੰਘ ਤੇ ਧਨੀ ਰਾਮ ਚਾਤਰੀਕ ਦੋਨੋਂ ਚੈਪਟਰਸ ਦੇ ਇਹ ਵਸਤੂਨਿਸ਼ਟ ਪ੍ਰਸ਼ਨ ਤੇ ਆਪਣੇ ਕੇਂਦਰੀ ਭਾਵ ਪ੍ਰਸ਼ਨ ਉੱਤਰ ਕੀਤੇ ਨੇ ਇਹਨਾਂ ਨੂੰ ਵਧੀਆ ਢੰਗ ਦੇ ਨਾਲ ਤੁਸੀਂ ਨਹੀਂ ਰਿਵੀਜ਼ਨ ਕਰਨੀ ਹੈ ਤੇ ਚੰਗੀ ਤਰ੍ਹਾਂ ਫਾਈਨਲ ਐਗਜ਼ਾਮ ਦੇ ਵਿੱਚੋਂ ਵਧੀਆ ਮਾਰਕਸ ਲੈਣੇ ਨੇ